ਆਉਣ ਵਾਲੀਆਂ ਸਰਦੀਆਂ ਦੇ ਮੌਸਮ ਵਿੱਚ ਪੰਜਾਬ ਦੇ ਸਿੱਧੇ ਹਵਾਈ ਸੰਪਰਕ ਨੂੰ, ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਇੱਕ ਹੋਰ ਹੁਲਾਰਾ ਮਿਲਣ ਜਾ ਰਿਹਾ ਹੈ। ਲੰਮੇ ਸਮੇਂ ਤੋਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਯਤਨ ਜਾਰੀ ਸਨ ਕਿ ਪੰਜਾਬ ਦਾ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਗੁਰੂ ਕੀ ਨਗਰੀ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਥਾਈਲੈਂਡ ਨਾਲ ਜ਼ਰੂਰ ਜੁੜੇ। ਅਤੇ ਹੁਣ ਥਾਈਲੈਂਡ ਦੀ ਥਾਈ ਲਾਇਨ ਏਅਰ ਗਰੁੱਪ ਵੱਲੋਂ ਹੁਣ 28 ਅਕਤੂਬਰ ਤੋਂ ਬੈਂਕੋਕ ਅੰਮ੍ਰਿਤਸਰ ਦਰਮਿਆਨ ਸਿੱਧੀ ਫਲਾਈਟ ਹਫ਼ਤੇ 4 ਦਿਨ ਸ਼ੁਰੂ ਕੀਤੀ ਜਾ ਰਹੀ ਹੈ। ਇਹ ਫਲਾਈਟ ਜਿਹੜੀ ਹੈ ਬੈਂਕੋਕ ਅਤੇ ਸਵਨ ਭੂਮੀ ਏਅਰਪੋਰਟ ਤੋਂ ਨਹੀਂ, ਜਿਹੜਾ ਉਹਨਾਂ ਦਾ ਦੂਜਾ ਏਅਰਪੋਰਟ ਹੈ ਜਿਸ ਨੂੰ ਡੌਨ ਮਿਓਂਗ ਇੰਟਰਨੈਸ਼ਨਲ ਏਅਰਪੋਰਟ ਡੀ ਐਮ ਕੇ ਤੋਂ ਉਹ ਹਫ਼ਤੇ 4 ਦਿਨ ਸਿੱਧੀ ਉਡਾਨ ਸ਼ੁਰੂ ਕਰਨ ਜਾ ਰਹੇ ਹਨ। ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਇਹ ਉਡਾਨ ਉੱਥੋਂ ਰਾਤ ਨੂੰ ਰਵਾਨਾ ਹੋ ਕੇ ਅਤੇ ਉਸੇ ਦਿਨ ਹੀ ਰਾਤ ਨੂੰ ਅੰਮ੍ਰਿਤਸਰ ਪੁੱਜੇਗੀ। ਅਤੇ ਫਿਰ ਇਸੇ ਤਰ੍ਹਾਂ ਮੰਗਲਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਇਹ ਅੰਮ੍ਰਿਤਸਰ ਤੋਂ ਬੈਂਕੋਕ ਰਵਾਨਾ ਹੋਏਗੀ। ਬੈਂਕੋਕ ਤੋਂ ਤੁਸੀਂ ਅੰਮ੍ਰਿਤਸਰ 4 ਘੰਟੇ 45 ਮਿੰਟ ਅਤੇ ਫਿਰ ਅੰਮ੍ਰਿਤਸਰ ਤੋਂ ਬੈਂਕੋਕ ਸਿਰਫ 4 ਘੰਟੇ 20 ਮਿੰਟ 'ਚ। ਸੋ ਇਹ ਬੜਾ ਵੱਡਾ ਇੱਕ, ਬੈਂਕੋਕ ਵੀ ਜਿਹੜਾ ਹੈ ਥਾਈਲੈਂਡ ਇੱਕ ਟੂਰਿਸਟ ਡੈਸਟੀਨੇਸ਼ਨ ਹੈ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵੀ, ਅੰਮ੍ਰਿਤਸਰ ਹੋਰ ਇਤਿਹਾਸਿਕ ਸਥਾਨ, ਸਭ ਤੋਂ ਵੱਧ ਪੰਜਾਬ ਦਾ ਟੂਰਿਸਟ ਜਿਹੜਾ ਹੈ 70-75% ਉਹ ਅੰਮ੍ਰਿਤਸਰ ਅਤੇ ਇਸ ਦੇ ਨਾਲ ਲੱਗਦੇ ਸ਼ਹਿਰਾਂ ਵਿੱਚ ਆਉਂਦਾ ਹੈ। ਅਤੇ ਇਸ ਨਾਲ ਵਪਾਰ, ਉਦਯੋਗ, ਟੂਰਿਜ਼ਮ ਅਤੇ ਨਾਲ ਹੀ ਪੰਜਾਬ ਵਾਲੇ ਜਿਹੜੇ ਇਸ ਸਮੇਂ ਏਅਰ ਏਸ਼ੀਆ, ਐਕਸ ਮਲੇਸ਼ੀਆ, ਏਅਰਲਾਈਨ, ਸਕੂਟ ਜਾਂ ਬਾਟਿਕ ਏਅਰ 'ਤੇ ਕੁਆਲਾਲੰਪੁਰ ਜਾਂ ਸਿੰਗਾਪੁਰ ਰਾਹੀਂ ਬੈਂਕੋਕ ਜਾਂ ਥਾਈਲੈਂਡ ਜਾ ਰਹੇ ਸਨ, ਹੁਣ ਉਹ ਸਿੱਧਾ ਹੀ ਸਿਰਫ 4-5 ਘੰਟਿਆਂ ਤੱਕ ਦੇ ਸਮੇਂ 'ਚ ਹੀ ਉਹ ਸਿੱਧਾ ਥਾਈਲੈਂਡ ਅਤੇ ਜਾਂ ਥਾਈਲੈਂਡ ਤੋਂ ਅੰਮ੍ਰਿਤਸਰ ਪਹੁੰਚ ਸਕਣਗੇ। ਖਾਸ ਕਰਕੇ ਜਿਹੜਾ ਸਿੱਖ ਭਾਈਚਾਰਾ, ਪੰਜਾਬੀ ਭਾਈਚਾਰਾ ਥਾਈਲੈਂਡ 'ਚ ਵੀ ਰਹਿੰਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਚੰਗਾ ਹੁਲਾਰਾ ਮਿਲਿਆ ਹੈ ਮਲੇਸ਼ੀਅਨ ਦੀ ਏਅਰਲਾਈਨਸ ਨੂੰ, ਸਿੰਗਾਪੁਰ ਦੀ ਏਅਰਲਾਈਨਸ ਨੂੰ, ਟ੍ਰੈਫਿਕ ਜਿਹੜਾ ਥਾਈਲੈਂਡ ਤੋਂ ਆ ਰਿਹਾ ਹੈ ਉਹਨੂੰ ਦੇਖਦੇ ਹੋਏ, ਫਿਰ ਥਾਈਲੈਂਡ ਦੀ ਏਅਰਲਾਈਨ ਨੇ ਵੀ ਜਿਹੜੀ ਹੈ ਫਲਾਈਟ ਸ਼ੁਰੂ ਕਰਨ ਜਾ ਰਹੀ ਹੈ। ਪੰਜਾਬੀਆਂ ਨੂੰ ਅਸੀਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਫਿਰ ਤੋਂ ਬੇਨਤੀ ਕਰਾਂਗੇ ਕਿ ਇਸੇ ਤਰ੍ਹਾਂ ਇਹਨਾਂ ਨੂੰ ਸਪੋਰਟ ਕਰਦੇ ਰਹੋ। ਇਸੇ ਸਪੋਰਟ ਨਾਲ ਜਦੋਂ ਯਾਤਰੀ ਵਧਣਗੇ ਤਾਂ ਉਹਨਾਂ ਨੂੰ ਦੇਖਦੇ ਹੋਏ ਹੋਰ ਏਅਰਲਾਈਨਸ ਜਿਹੜੀਆਂ ਨੇ ਉਹ ਇਸ ਨੈਟਵਰਕ 'ਚ ਜ਼ਰੂਰ ਆਉਣਗੀਆਂ। ਜਿਹੜੇ ਜਿਹੜੇ ਡੈਸਟੀਨੇਸ਼ਨਸ ਥਾਈਲੈਂਡ 'ਚ ਹਨ, ਖਾਸ ਕਰਕੇ ਬੈਂਕੋਕ ਦੇ ਨਾਲ ਨਾਲ ਫੂਕੇਟ ਹੈ, ਕਰਾਬੀ ਹੈ, ਉਹਨਾਂ ਲਈ ਵੀ ਪੰਜਾਬ ਤੋਂ ਲੋਕ ਕਾਫੀ ਵੱਡੀ ਗਿਣਤੀ ਵਿੱਚ ਉੱਥੇ ਜਾਂਦੇ ਹਨ ਥਾਈਲੈਂਡ, ਅਤੇ ਉਹ ਵੀ ਇਹਨਾਂ ਉਡਾਨਾਂ ਦਾ ਫਾਇਦਾ ਉਠਾ ਸਕਣਗੇ। ਸਮੇਂ ਦੀ ਬੱਚਤ ਹੋਏਗੀ, ਕਿਰਾਇਆ ਵੀ ਜਿਹੜਾ ਹੈ ਉਹ ਇਹ ਲੋ ਕੋਸਟ ਥਾਈ ਲਾਈਨ ਏਅਰ ਜਿਹੜੀ ਹੈ ਇਹ ਬੈਟਿਕ ਏਅਰ ਲਾਈਨ ਏਅਰ ਗਰੁੱਪ ਵੱਲੋਂ ਹੈ, ਅਤੇ ਇਸੇ ਤਰ੍ਹਾਂ ਉਹਨਾਂ ਵੱਲੋਂ ਬੈਟਿਕ ਏਅਰ ਵੀ ਇਹ ਜਿਹੜੀ ਕੁਆਲਾਲੰਪੁਰ ਅੰਮ੍ਰਿਤਸਰ ਲਈ ਉਡਾਨ ਓਪਰੇਟ ਕੀਤੀ ਜਾਂਦੀ ਹੈ। ਸੋ ਇਹ ਸਰਦੀਆਂ ਲਈ ਬਹੁਤ ਚੰਗੇ ਕਨੈਕਸ਼ਨ ਉਹਨਾਂ ਵੱਲੋਂ ਅਗਾਂਹ ਵੀ ਮਿਲਣਗੇ, ਅਤੇ ਉਮੀਦ ਕਰਦੇ ਹਾਂ ਕਿ ਹੋਰ ਏਅਰਲਾਈਨਸ ਜਿਹੜੀਆਂ ਨੇ ਉਹ ਵੀ ਫਿਰ ਅੰਮ੍ਰਿਤਸਰ ਨੂੰ ਕਨੈਕਟ ਕਰਨਗੀਆਂ। ਇਸ ਸਮੇਂ ਅੰਮ੍ਰਿਤਸਰ ਤੋਂ ਦੋਹਾ, ਬਰਮਿੰਗਮ, ਦੁਬਈ, ਸ਼ਾਰਜਾ, ਲੰਡਨ ਗੈਟਵਿਕ, ਰੋਮ, ਮਿਲਾਨ ਅਤੇ ਕੁਆਲਾਲੰਪੁਰ ਅਤੇ ਸਿੰਗਾਪੁਰ ਇਹ ਇੰਟਰਨੈਸ਼ਨਲ, ਅਤੇ ਉਹਦੇ ਵਿੱਚ ਹੁਣ ਬੈਂਕੋਕ ਵੀ ਹੁਣ ਜਿਹੜਾ ਹੈ ਉਹ ਐਡ ਹੋਣ ਜਾ ਰਿਹਾ ਹੈ। ਇਹ ਸਾਰਾ ਕੁਛ ਤਾਂ ਹੀ ਸੰਭਵ ਹੋ ਰਿਹਾ ਹੈ ਜੇਕਰ ਅਸੀਂ ਪੰਜਾਬ ਨੂੰ ਤਰਜੀਹ ਦੇਵਾਂਗੇ, ਜੇਕਰ ਅਸੀਂ ਪੰਜਾਬ ਤੋਂ ਹੀ ਉਡਾਨ ਲਵਾਂਗੇ। ਮੁਸ਼ਕਲਾਂ ਜੇਕਰ ਫੈਸਿਲਿਟੀਜ਼ ਅਸੀਂ ਦਿੱਲੀ ਦੇ ਕੰਪੈਰੀਜ਼ਨ 'ਚ ਪਾਲਦੇ ਹਾਂ ਉਹ ਬਿਲਕੁਲ, ਦਿੱਲੀ ਬਹੁਤ ਹੀ ਇੱਕ ਵੱਡਾ ਭਾਰਤ ਦਾ ਨੰਬਰ ਇੱਕ ਹਵਾਈ ਅੱਡਾ ਹੈ, ਅਸੀਂ ਅੰਮ੍ਰਿਤਸਰ ਦੀਆਂ ਫੈਸਿਲਿਟੀਜ਼ ਉਹਦੇ ਨਾਲ ਕੰਪੇਅਰ ਨਹੀਂ ਕਰ ਸਕਦੇ। ਪਰ ਉਹਨਾਂ ਸਾਰਿਆਂ ਨੂੰ ਛੱਡ ਕੇ ਵੱਡੀ ਗੱਲ ਇਹ ਹੈ ਕਿ ਤੁਸੀਂ ਸਿੱਧਾ ਹੀ ਪੰਜਾਬ 'ਚ ਉਤਰਦੇ ਹੋ, ਇੱਥੇ ਹੀ ਸਮਾਨ
ਚੈੱਕ ਇਨ ਕਰਦੇ ਹੋ, ਰਸਤੇ 'ਚ ਹਰਿਆਣੇ ਜਾਂ ਹੋਰ ਰਾਹ 'ਚ ਆਉਣ ਲੱਗਿਆਂ ਤੁਹਾਨੂੰ ਖੱਜਲ ਖੁਆਰੀ ਨਹੀਂ ਹੁੰਦੀ, ਜਿਹੜਾ ਕਿ ਤੁਸੀਂ 8 ਤੋਂ 12 ਘੰਟਿਆਂ ਦਾ ਸਫ਼ਰ ਬੱਸਾਂ ਰਾਹੀਂ ਗੱਡੀਆਂ ਰਾਹੀਂ ਕਰਦੇ ਹੋ, ਐਕਸੀਡੈਂਟਸ ਹੁੰਦੇ ਨੇ, ਲੁੱਟਾਂ ਹੁੰਦੀਆਂ ਨੇ, ਰਾਹ 'ਚ ਕਿੰਨੀ ਖੱਜਲ ਖੁਆਰੀ ਹੁੰਦੀ ਹੈ। ਸੋ ਫਿਰ ਤੋਂ ਅਸੀਂ ਬੇਨਤੀ ਕਰਦੇ ਹਾਂ, ਜੇਕਰ ਟਿਕਟ ਥੋੜ੍ਹੀਆਂ ਮਹਿੰਗੀਆਂ ਵੀ ਹੁੰਦੀਆਂ ਹਨ, ਜ਼ਰੂਰ ਅੰਮ੍ਰਿਤਸਰ ਨੂੰ ਤਰਜੀਹ ਦਿਆ ਕਰੋ, ਪੰਜਾਬ ਨੂੰ ਤਰਜੀਹ ਦਿਆ ਕਰੋ। ਅੰਮ੍ਰਿਤਸਰ ਇਹ ਪੰਜਾਬ ਦਾ ਹੀ ਹਵਾਈ ਅੱਡਾ ਹੈ, ਸਾਰੇ ਸੂਬੇ ਦੇ ਪਟਿਆਲੇ ਲੁਧਿਆਣੇ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਹੈ, ਦੇਖਣ 'ਚ ਆ ਰਿਹਾ ਹੈ ਕਿ ਮੈਕਸੀਮਮ ਟ੍ਰੈਫਿਕ ਜਿਹੜੀ ਹੈ, ਜਿਹੜੀਆਂ ਬੱਸਾਂ ਵੀ ਭਰਦੀਆਂ ਹਨ, ਉਹ ਮੈਕਸੀਮਮ ਜਲੰਧਰੋਂ ਲੁਧਿਆਣਿਓ ਜਾਂ ਉੱਧਰ ਥਾਵਾਂ 'ਤੇ ਦਿੱਲੀ ਲਈ ਬੱਸਾਂ ਭਰਦੀਆਂ ਹਨ। ਲੋੜ ਹੈ ਉਹਨਾਂ ਟੈਕਸੀਆਂ ਨੂੰ ਜਿਹੜੀਆਂ ਕਿ ਇੱਧਰੋਂ ਦਿੱਲੀ ਵੱਲ ਨੂੰ ਜਾ ਰਹੀਆਂ ਨੇ, ਉਹਨਾਂ ਨੂੰ ਅੰਮ੍ਰਿਤਸਰ ਵੱਲ ਮੋੜਨ ਦੀ। ਸੋ ਉਮੀਦ ਕਰਦੇ ਹਾਂ ਕਿ ਇਹ ਜਿਹੜੀਆਂ ਉਡਾਨਾਂ ਸ਼ੁਰੂ ਹੋ ਰਹੀਆਂ ਨੇ ਸਰਦੀਆਂ 'ਚ, ਥਾਏ ਲਾਈਨ ਏਅਰ ਵੱਲੋਂ ਹਫ਼ਤੇ 'ਚ 4 ਦਿਨ ਰਾਤ ਨੂੰ 8:10 'ਤੇ ਉਡਾਨ ਉੱਥੋਂ ਰਵਾਨਾ ਹੋਏਗੀ, ਰਾਤੀ 11:25 'ਤੇ ਪਹੁੰਚੇਗੀ ਅੰਮ੍ਰਿਤਸਰ, ਅਤੇ ਫਿਰ ਇੱਥੋਂ ਉਸੇ ਰਾਤ ਹੀ 12:25 'ਤੇ ਰਾਤ ਨੂੰ ਇਹ ਉਡਾਨ ਉੱਥੋਂ ਰਵਾਨਾ ਹੋ ਕੇ ਸਵੇਰੇ 6:10 'ਤੇ ਥਾਈਲੈਂਡ ਪਹੁੰਚੇਗੀ। ਜੁੜੇ ਰਹੋ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ, ਸੋਸ਼ਲ ਮੀਡੀਆ, ਫੇਸਬੁੱਕ, ਯੂਟਿਊਬ 'ਤੇ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ। ਬਹੁਤ ਬਹੁਤ ਧੰਨਵਾਦ।